ਮੈਂ ਜੀ ਕੀ ਹਾਲ ਹੈ ਠੀਕ ਠਾਕ ਹੋ ਮੈਂ ਕਿਹਾ ਕੀ ਹਾਲ ਹੈ ਠੀਕ ਹੋ छोटा गिलास 20 रुपए का बड़ा गिलास 30 रुपए का ठीक हो और की बनाया जे की प्राइस है की प्राइस जे 400 रुपए किलो कर दो किलो बड़ा ताजे ताजे पाए हो हैं चाचा कितों आए हैं बनान कितों आए थे हैं वो कितने थे ਪੰਗਲੇ ਪਕੌੜੇ ਨੇ ਹਾਂਜੀ ਲੋ ਗਾਈਸ ਦੇਖ ਲਿਆ ਆਪ ਬੰਗ ਵਾਲੇ ਪਕੌੜੇ ਅੱਛਾ ਇਹਨਾਂ ਨੂੰ ਖਾ ਕੇ ਨੀਂਦਰ ਬੜੀ ਆਉਂਦੀ ਹੈ ਫਿਰ ਨਹੀਂ ਇਹ ਖਾਣੇ ਅਸੀਂ ਸਾਨੂੰ ਤਾਂ ਅੱਗੇ ਬੜੀ ਨੀਂਦਰ ਆਉਂਦੀ ਹੈ ਕਾਹਦੀ ਬਰਫੀ ਹੈ ਤਸਵੀਰ ਖਿੱਚ ਲੈਣਾ ਮੈਂ ਵੀਡੀਓ ਬਣਾਉਣ ਡਿਆ ਤੁਸੀਂ ਇਹਦੇ 'ਚ ਨਾ 100 ਦੇ ਹੋਰ ਐਡ ਕਰ ਦਿਓ ਮੈਂ ਇਸ ਨੂੰ ਜੂਸ ਪੀ ਰਹੇ ਨੇ ਇਹਨਾਂ ਕੋਲ ਪੁੱਛ ਲਓ ਤਸੱਲੀ ਕਰਕੇ ਫਿਰ ਪੀ ਪੀ ਤੇ ਠੰਡਾ ਹੋਵੇ ਜੀ ਤੈਨੂੰ ਕਿਸੇ ਨਾਲ ਕੀ ਰਜ ਰਜ ਕੇ ਪੀ ਜਮ ਜਮ ਪੀ ਤੇ ਜੁਗ ਜੁਗ ਜੀ ਵੇਖਣ ਨਾਲ ਪਤਾ ਨੀ ਲੱਗਦਾ ਪੀਤੀਆਂ ਪਤਾ ਲੱਗਦਾ ਪੀਤੀਆਂ ਨਜ਼ਾਰੇ ਆਉਂਦੇ ਨੇ ਕੋਈ ਧੋਖਾ ਫਰਾਡ ਠੱਗੀ ਵਾਲਾ ਕੰਮ ਨਹੀਂ ਠੰਡਾ ਨਾਰਾ ਦਾ ਜੂਸ ਪੀਓ ਭਾਈ ਜਾਨ ਉਸ ਤੋਂ ਮੌਸਮ ਹੈ ਗਰਮੀ ਦਾ ਦੋ ਗਲਾਸ ਇੱਧਰ ਦਿਓ ਜੀ ਚਾਰ ਗਲਾਸ ਇੱਧਰ ਦਿਓ ਜੀ ਇੱਧਰ ਚਾਚਾ ਜੀ ਆ ਗਏ ਗਲਾਸ ਸਿਰ ਦਿਓ ਜੀ ਚਾਚਾ ਪੀਵੇ ਤਾਇਆ ਪੀਵੇ ਭਾਵੇਂ ਨਾਲ ਦਾ ਵਸਾਇਆ ਪੀਵੇ ਰੰਗ ਨਾਰਾ ਦੇ ਲਾਲ ਹੋ ਗਏ ਪੀਂਦਿਆਂ ਚਿਹਰੇ ਵੀ ਲਾਲ ਹੋ ਗਏ ਆਸੇ ਪਾਸੇ ਬੜੀਆਂ ਬੜੀਆਂ ਜਗ੍ਹਾ ਤੋਂ ਨਾਰਾ ਦਾ ਜੂਸ ਪੀਤਾ ਹੋਵੇਗਾ ਉਸ ਕਾਲ ਤੋਂ ਆ ਕੇ ਕਾਬਲ ਦੀ ਗੁਜ਼ਾਰੀ ਨਾਲ ਪੀਓ